और इससे अब आपको रुख करवा लेते हैं पिहुआ का, जहां पर पंजाब के मुख्यमंत्री भगवंत मान आम आदमी पार्टी की रैली को संबोधित कर रहे हैं। क्या कुछ कह रहे हैं सुनिए। कुरुक्षेत्र की टीम, कैथल की टीम और सबसे बड़ी हमारी रीढ़ की हड्डी, हमारे कार्यकर्ता, हमारे वॉलंटियर साहबान, आसपास के गांवों से, कस्बों से आप इतना शॉर्ट नोटिस पे चल के आए हैं। आप लोगों का चला हुआ है कि कदम हमारे सर माथे पर। सबसे पहले मेरी तरफ से सबको नमस्कार, सत श्री अकाल, वाहेगुरु जी का खालसा, वाहेगुरु जी की फतेह। पहले तो ये बता दो, पंजाबी में बोलूं या हिंदी में बोलूं या हिंदी और पंजाबी दोनों में बोलूं? पंजाबी बोल पा, चलो बिच हिंदी भी बोल पाए कोई गल, क्योंकि ਪੇਵਾ ਜਿਹੜਾ ਕਸਬਾ ਹੈ ਬਿਲਕੁਲ ਪੰਜਾਬ ਦੇ ਨਾਲ ਲੱਗਦਾ ਹੈ। ਅਸੀਂ ਇੱਕੋ ਪੱਤਣ ਦਾ ਪਾਣੀ ਪੀਂਦੇ ਹਾਂ, ਦੇਵੀਗੜ੍ਹ ਬਿਲਕੁਲ ਨਾਲ ਹੈ, ਗੂਲਾ ਚੀਕਾ ਦੇ ਨਾਲ, ਫਿਰ ਸਾਡੇ ਪਿੰਡ ਆ ਜਾਂਦੇ ਪੰਜਾਬ ਦੇ। ਅਸੀਂ ਸਾਡੇ ਦੁੱਖ ਸੁੱਖ ਸਾਂਝੇ ਨੇ, ਸਾਡੀਆਂ ਫਸਲਾਂ, ਸਾਡੀਆਂ ਮੁਸੀਬਤਾਂ, ਸਾਡੀਆਂ ਮੁਸ਼ਕਲਾਂ ਸਾਂਝੀਆਂ ਨੇ, ਰਿਸ਼ਤੇਦਾਰੀਆਂ ਨੇ। ਇਸ ਕਰਕੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਪੈਣੀ ਮੈਨੂੰ। ਪਰ ਇੱਕ ਗੱਲ ਮੈਂ ਤੁਹਾਨੂੰ ਅੱਜ ਕਹਿਣ ਆਇਆ ਕਿ ਜੇ ਨੀਅਤ ਸਾਫ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਹੈ। ਜੇ ਲੀਡਰਾਂ ਦੀ ਨੀਅਤ ਸਾਫ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਹੈ। ਤੁਸੀਂ ਆਪਣੇ ਦੋਸਤਾਂ ਨੂੰ, ਪਟਿਆਲੇ ਰਹਿੰਦੇ ਹੋਣੇ, ਦੇਵੀਗੜ੍ਹ ਰਹਿੰਦੇ ਹੋਣੇ, ਘੜਾਮ ਰਹਿੰਦੇ ਹੋਣੇ, ਸਨੌਰ ਰਹਿੰਦੇ ਹੋਣੇ, ਘਨੌਰ ਰਹਿੰਦੇ ਹੋਣੇ, ਸ਼ੰਭੂ ਰਹਿੰਦੇ ਹੋਣੇ, ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਓ। ਅੱਜ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ 'ਚ। 43,000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਤੋਂ ਦੇ ਕੇ ਤੁਹਾਡੇ ਸਾਹਮਣੇ ਖੜਾ, 43,000। ਔਰ ਕਿਸੇ ਦਾ 1 ਰੁਪਈਆ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿਰਪਾ ਕਰਕੇ, ਕਿ 1 ਰੁਪਈਆ ਲੱਗ ਗਿਆ ਜਾਂ ਚਾਹ ਪੀ ਲਈ, 2 ਰੁਪਈਆਂ ਦਾ ਚਾਹ ਦਾ ਕੱਪ ਪੀ ਲਿਆ ਕਿਸੇ MLA ਨੇ ਜਾਂ ਮੰਤਰੀ ਨੇ ਨੌਕਰੀ ਦਵਾਉਣ ਬਦਲੇ 2 ਰੁਪਈਆਂ ਦਾ। ਇੱਕ ਘਰ 'ਚ 3-3 ਨੌਕਰੀਆਂ ਵੀ ਮਿਲੀਆਂ ਨੇ, ਕਿਉਂਕਿ ਬੱਚਿਆਂ ਨੇ ਪੇਪਰ ਦਿੱਤੇ, ਜਿਹੜੇ ਮੈਰਿਟ 'ਚ ਆ ਗਏ ਅਸੀਂ ਬੁਲਾ ਲਏ, ਹਜੇ ਹੋਰ ਬਹੁਤ ਸਾਰੀਆਂ ਨੌਕਰੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ। ਅਤੇ ਇੱਥੇ ਹਰਿਆਣੇ 'ਚ ਮੈਂ ਪਤਾ ਕੀਤਾ, ਖੱਟਰ ਸਾਹਿਬ ਕਹਿੰਦੇ ਯੂਕਰੇਨ ਚਲੇ ਜਾਓ, ਉੱਥੇ ਫੌਜ 'ਚ ਭਰਤੀ ਹੋ ਜਾਓ। ਲੈ ਦੱਸ, ਅਸੀਂ ਯੂਕਰੇਨ 'ਚੋਂ ਕੱਢੀ ਜਾਂਦੇ ਹਾਂ ਆਪਣੇ ਬੱਚਿਆਂ ਨੂੰ, ਹਰਿਆਣੇ ਵਾਲੇ ਕਹਿੰਦੇ ਉੱਥੇ ਜਾ ਕੇ ਨੌਕਰੀਆਂ ਕਰ ਲਓ, ਸਾਡੇ ਤੋਂ ਦਿੱਤੀ ਨਹੀਂ ਜਾਂਦੀ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਗੱਲ ਕਹਿੰਦੇ? ਇਹ ਸਾਡੇ ਲੀਡਰ ਨੇ ਕਿ ਸਾਡੇ ਬੱਚਿਆਂ ਨੂੰ ਕਹਿ ਰਹੇ ਨੇ ਤੁਸੀਂ ਜਾ ਕੇ ਉੱਥੋਂ ਦੀ ਫੌਜ 'ਚ ਭਰਤੀ ਹੋ ਜਾਓ ਜਿੱਥੇ ਲੜਾਈ ਲੱਗੀ ਹੋਈ ਹੈ। ਦੱਸ, ਇਹ ਬਹੁਤ ਫਰਕ ਹੈ ਜੀ, ਨੀਅਤ ਦਾ ਫਰਕ ਹੈ। ਸੋ ਇਹਨਾਂ ਦੇ ਪਿੱਛੇ ਨਾ ਲੱਗਿਓ, ਹਰਿਆਣੇ ਨੇ ਤੇ ਪੰਜਾਬ ਨੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਜੀ। ਛੋਟੇ ਵੱਡੇ ਭਾਈ ਹਾਂ ਆਪਾਂ, ਹਰਿਆਣਾ ਪੰਜਾਬ ਪਹਿਲਾਂ ਇਕੱਠੀ ਹੁੰਦੇ ਸੀ। ਪੰਜਾਬ ਨੇ ਵੀ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ, ਅਕਾਲੀ ਦਲ ਨੂੰ ਮੌਕਾ ਦਿੱਤਾ ਕਈ ਵਾਰੀ, ਅਕਾਲੀ ਦਲ ਦੇ ਨਾਲ ਭਾਜਪਾ ਇਕੱਠੀ ਹੋ ਗਈ, ਮੌਕਾ ਦਿੱਤਾ ਕਈ ਵਾਰੀ।
ਬਾਰ ਬਾਰ ਮੌਕਾ ਦਿੱਤਾ ਕਿ ਸ਼ਾਇਦ ਹੁਣ ਸੁਧਰ ਗਏ ਹੋਣਗੇ, ਪੰਜ ਸਾਲਾਂ ਬਾਅਦ ਗੱਲ ਨਹੀਂ ਬਣੀ। ਹਰਿਆਣੇ ਨੇ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ, ਭਾਜਪਾ ਨੂੰ ਮੌਕਾ ਦਿੱਤਾ ਕਈ ਵਾਰੀ, ਇਨੈਲੋ ਨੂੰ ਮੌਕਾ ਦਿੱਤਾ ਕਈ ਵਾਰੀ, ਫਿਰ ਦੁਬਾਰਾ ਮੌਕਾ ਦਿੱਤਾ ਸ਼ਾਇਦ ਸੁਧਰ ਗਏ ਹੋਣ, ਗੱਲ ਨਹੀਂ ਬਣੀ। ਸੋ ਆਪਣਾ ਤਾਂ ਸਾਰਾ ਕੁਝ ਸਾਂਝਾ। ਉਹ ਤੋਂ ਬਾਅਦ ਫਿਰ ਪੰਜਾਬ ਵਾਲਿਆਂ ਨੇ 2022 'ਚ ਇੱਕ ਮੌਕਾ ਦਿੱਤਾ, 117 'ਚੋਂ 92। ਅੱਜ ਉਹ ਦੋਨੇ ਪਾਰਟੀਆਂ ਕਿਤੇ ਲੱਭਦੀਆਂ ਨਹੀਂ, ਅੱਧੇ ਜੇਲ੍ਹ 'ਚ ਨੇ, ਅੱਧੇ ਜਾਣ ਦੀ ਤਿਆਰੀ 'ਚ ਨੇ। ਜੋ ਉਹਨਾਂ ਨੇ ਪੈਸਾ ਲੁੱਟਿਆ, ਜੋ ਲੋਕਾਂ ਦਾ ਖੂਨ ਨਿਚੋੜਿਆ, ਉਹਦਾ ਹਿਸਾਬ ਲੈ ਰਿਹਾ ਮੈਂ। ਹਰ ਦੂਜੇ ਤੀਜੇ ਦਿਨ ਪੜ੍ਹਦੇ ਹੋਵੋਗੇ ਕਿ ਪੰਜਾਬ 'ਚ ਫਲਾਨਾ ਫੜ ਲਿਆ ਰਿਸ਼ਵਤ, ਪੁਰਾਣੀ ਲਈ ਹੋਈ ਰਿਸ਼ਵਤ। ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਪੈਸਾ ਲੁੱਟਿਆ ਨਾ ਲੋਕਾਂ ਦਾ, ਵਿਆਜ ਸਮੇਤ ਵਾਪਸ ਕਰਵਾਊਂਗਾ ਮੈਂ, ਵਿਆਜ ਸਮੇਤ ਖਜ਼ਾਨੇ 'ਚ ਲੈ ਕੇ ਆਊਂਗਾ, ਪੰਜਾਬ ਦੇ ਖਜ਼ਾਨੇ 'ਚ। ਫਿਰ ਦੁਬਾਰਾ ਆਪਣੇ ਦੋਸਤਾਂ ਨੂੰ ਫੋਨ ਕਰ ਲਿਓ ਕਿ ਭਗਵੰਤ ਮਾਨ ਆ ਕੇ ਭੇਵੇ ਕਹਿ ਕੇ ਗਿਆ ਸੀ ਕਿ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਪੰਜਾਬ 'ਚ, 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ। ਪੁੱਛ ਲਿਓ, 2 ਸਾਲ ਹੋ ਗਏ, ਜੁਲਾਈ ਦਾ ਕੀਤਾ ਹੋਇਆ, ਜੁਲਾਈ ਦਾ। ਦਿੱਲੀ ਦੇ ਵਿੱਚ ਵੀ ਇਹੀ ਹੈ। ਹਰਿਆਣੇ ਦੇ ਇੱਕ ਪਿੰਡ ਸ਼ਿਵਾਨੀ, ਹਿਸਾਰ ਕੋਲੇ ਸ਼ਿਵਾਨੀ ਪਿੰਡ ਹੈ, ਉੱਥੇ ਦੇ ਇੱਕ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਪੈਦਾ ਹੋਇਆ। ਆਮ ਬੱਚਾ ਜਿਵੇਂ ਹੁੰਦਾ ਪਿੰਡਾਂ 'ਚ, ਜਿਵੇਂ ਬੱਚੇ ਹੁੰਦੇ ਨੇ, ਹੱਸਦਾ ਖੇਡਦਾ, ਪੜ੍ਹਾਈ ਲਿਖਾਈ ਕਰ ਲਈ, ਬਹੁਤ ਵੱਡਾ ਅਫਸਰ ਬਣ ਗਿਆ, ਪਰ ਅਫਸਰੀ ਨਹੀਂ ਕੀਤੀ। ਕਹਿੰਦਾ ਅਫਸਰੀ ਕਰਕੇ ਤਾਂ ਮੈਂ ਆਪਦਾ ਘਰ ਭਰ ਸਕਦਾ, ਲੋਕਾਂ ਦੇ ਘਰ ਮੇਰੇ ਸਾਹਮਣੇ ਲੁੱਟੇ ਜਾ ਰਹੇ ਨੇ, ਇਸ ਕਰਕੇ ਮੈਂ ਅਫਸਰੀ ਛੱਡ ਕੇ ਰਾਜਨੀਤੀ 'ਚ ਆਉਣਾ, ਮੈਂ ਲੀਡਰਾਂ ਨੂੰ ਸਿੱਧੇ ਕਰਨ ਦਾ ਕੰਮ ਕਰੂੰਗਾ। ਉਹਨੇ ਆਮ ਆਦਮੀ ਪਾਰਟੀ ਬਣਾਈ, ਦਿੱਲੀ ਦਾ 3 ਵਾਰੀ ਮੁੱਖ ਮੰਤਰੀ ਬਣ ਗਿਆ, ਹਰਿਆਣੇ ਦਾ ਲਾਲ ਕੇਜਰੀਵਾਲ। ਕੇਜਰੀਵਾਲ ਸਾਹਿਬ ਨੇ ਕਾਮ ਕੀ ਰਾਜਨੀਤੀ ਕੀ ਹੈ, ਨਾਮ ਕੀ ਰਾਜਨੀਤੀ ਨਹੀਂ ਕੀ, ਆਪ ਬਤਾ ਦੀਜੀਏ ਮੁਝੇ। ਕੋਈ ਪਾਰਟੀ ਆ ਕੇ ਜੇ ਬੋਲਤੀ ਹੈ ਕਿ ਸਕੂਲ ਬਣਾ ਦੇਂਗੇ, ਨਹੀਂ। तो आप ये सुन रहे थे पेहुआ में, दरअसल अरविंद केजरीवाल को लेकर भगवंत मान जिक्र करते हुए नजर आए और ये आम आदमी पार्टी के बदलाव